Perfect. हेलो जी, अस्सलाम वालेकुम। हैलोवीन स्पेशल, की हाल है सारे का? ठीक हो? अलग दुआ जिथे भी होवोगे तुसी ठीक ही होवो। ਹੁੰਦਾ ਇਸ ਤਰ੍ਹਾਂ ਕਿ ਇੱਕ ਬੰਦਾ ਇੱਕ ਵਾਟਰਮੈਲਨ ਲੈ ਕੇ ਆਉਂਦਾ, ਖਰਬੂਜ਼ਾ ਜਾਂ ਜਿਹਨੂੰ ਹਦਵਾਣਾ ਕਹਿੰਦੇ ਨੇ ਵਾਟਰਮੈਲਨ, ਉਹਨੂੰ ਜਦੋਂ ਕੱਟਦਾ ਨਾ, ਉਹਨੂੰ ਜਦੋਂ ਕੱਟਦਾ ਤੇ ਉਹਦੇ ਵਿੱਚੋਂ ਇੱਕ ਜਿੰਨ ਨਿਕਲਦਾ, ਹੂ ਹਾ 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 ਹੁਕਮ ਮੇਰੇ ਆਕਾ। ਉਹ ਕਹਿੰਦਾ ਡਰ ਜਾਂਦਾ, ਕਹਿੰਦਾ ਡਰ ਨਾ, ਮੈਂ ਤੇਰਾ ਗੁਲਾਮ। ਕਹਿੰਦਾ ਅੱਛਾ, ਕੀ ਕਰ ਸਕਦਾ ਤੂੰ ਮੇਰੇ ਵਾਸਤੇ? ਕਹਿੰਦਾ ਤੂੰ ਹੁਕਮ ਕਰ। ਕਹਿੰਦਾ ਮੇਰੇ ਵਾਸਤੇ ਬਹੁਤ ਵੱਡਾ ਇੱਕ ਕਾਸਲ, ਇੱਕ ਮਹੱਲ ਬਣਾ ਦੇ। ਕਹਿੰਦਾ ਸੌਰੀ ਮੇਰੇ ਆਕਾ, ਮੈਂ ਤੁਹਾਡੇ ਵਾਸਤੇ ਮਹੱਲ ਨਹੀਂ ਬਣਾ ਸਕਦਾ। ਕਹਿੰਦਾ ਕਿਉਂ? ਕਹਿੰਦਾ ਮੇਰੀ ਇੰਨੀ ਪਾਵਰ ਨਹੀਂ ਹੈ, ਜੇ ਮੇਰੀ ਇੰਨੀ ਪਾਵਰ ਹੁੰਦੀ ਤੁਹਾਡੇ ਵਾਸਤੇ ਮੈਂ ਮਹੱਲ ਬਣਾ ਸਕਦਾ, ਤੇ ਆਪ ਮੈਂ ਹਦਵਾਣੇ 'ਚ ਵਾਟਰਮੈਲਨ 'ਚ ਰਹਿੰਦਾ। ਹਾਂਜੀ, ਕੀ ਹਾਲ ਹੈ ਜੀ ਸਾਰਿਆਂ ਦਾ? ਠੀਕ ਹੋ? ਇੱਕ ਬੰਦਾ ਨਾ ਖਾਬ ਦੇ ਵਿੱਚੋਂ ਇੰਝ ਉੱਠਦਾ ਤੇ ਘਬਰਾਇਆ ਤੇ ਪਰੇਸ਼ਾਨ, ਤੇ ਉਹਦੀ ਬੇਗਮ ਨਾਲ ਉੱਠ ਖਲੋਂਦੀ, ਉਹਨੂੰ ਕਹਿੰਦੀ ਕੀ ਹੋਇਆ? ਕਹਿੰਦਾ ਮੈਂ ਨਾ ਵੇਖਿਆ ਖਾਬ ਦੇ ਵਿੱਚ ਇੱਕ ਚੜੇਲ ਮੇਰਾ ਪਿੱਛਾ ਕਰਦੀ ਪਈ ਹੈ, ਕਦੀ ਮੇਰੇ ਸੱਜੇ, ਕਦੀ ਮੇਰੇ ਖੱਬੇ, ਕਦੀ ਮੈਨੂੰ ਡਰਾਉਂਦੀ, ਕਦੀ ਮੇਰੇ ਮਗਰ ਦੌੜਦੀ ਹੈ। ਤੇ ਮੈਂ ਇੱਕਦਮ ਡਰ ਕੇ ਤੇ ਉੱਠ ਬੈਠਾ ਖਾਬ ਦੇ ਵਿੱਚੋਂ, ਤੇ ਬਾਅਦ 'ਚ ਮੈਂ ਹੁਣ ਮਹਿਸੂਸ ਕਰਨਾ ਕਿ ਮੈਂ ਅਸਲ ਦੇ ਵਿੱਚ ਨਾ ਚੜੇਲ ਨਹੀਂ ਸੀ ਵੇਖੀ, ਆਪਣੇ ਵਿਆਹ ਦੀ ਮੈਂ ਫਿਲਮ ਦੇਖਦਾ ਪਿਆ ਸੀ। ਹਾਂਜੀ, ਕੀ ਹਾਲ ਹੈ ਸਾਰਿਆਂ ਦਾ? ਠੀਕ ਹੋ? ਹੁੰਦਾ ਇਸ ਤਰ੍ਹਾਂ ਕਿ ਇੱਕ ਘਰ ਇੱਕ ਪ੍ਰਾਹੁਣਾ ਜਾਂਦਾ, ਤੇ ਉਹ ਪ੍ਰਾਹੁਣਾ ਜਾ ਕੇ ਕਹਿੰਦਾ ਜੀ, ਉਹ ਕਹਿੰਦੇ ਜੀ ਰੋਟੀ ਖਾਓਗੇ? ਕਹਿੰਦਾ ਜੀ ਹਾਂਜੀ, ਕਿਉਂ ਨਹੀਂ, ਫੜੀ ਭੁੱਖ ਲੱਗੀ, ਰਾਹ ਰਸਤੇ ਮੈਂ ਕੁਛ ਖਾਧਾ ਨਹੀਂ। ਉਹ ਤਾਂ ਮਤਲਬ ਸਾਲਨ ਰੋਟੀਆਂ ਉਹਦੇ ਅੱਗੇ ਰੱਖਦੇ, ਸਾਲਡ ਰੱਖਦੇ ਨੇ, ਤੇ ਬਾਅਦ 'ਚ ਜਦੋਂ ਮਹਿਮਾਨ ਗੌਰ ਕਰਦਾ ਨਾ, ਤੇ ਉਹ ਇੰਨਾ ਸਾਲਨ ਤੇ ਪੂਰਾ 22 ਰੋਟੀਆਂ ਉਹਦੇ ਅੱਗੇ ਰੱਖ ਦਿੰਦੇ ਨੇ, 22 ਰੋਟੀਆਂ। ਉਹ ਵੇਖ ਕੇ ਕਹਿੰਦਾ, ਗੁੱਸਾ ਚੜ ਜਾਂਦਾ ਮਹਿਮਾਨ ਨੂੰ, ਉਹ ਯਾਰ ਇੰਨੀਆਂ ਰੋਟੀਆਂ, ਮੇਰੇ ਅੱਗੇ ਮਜ਼ਾਕ ਕੀਤਾ ਤੁਸੀਂ ਮੈਨੂੰ, ਮੈਂ ਜਾਨਵਰ ਹਾਂ, ਮੈਂ ਐਨੀਮਲ ਹਾਂ। ਉਹ ਖੁਦਾ ਦੇ ਬੰਦੇ, ਇੰਨੀਆਂ ਰੋਟੀਆਂ ਤੇ ਜਾਨਵਰ ਖਾਂਦਾ, 20-22 ਰੋਟੀਆਂ। ਖੁਦਾ ਦੇ ਬੰਦੇ, ਤੁਸੀਂ ਇਸ ਤਰ੍ਹਾਂ ਕਰੋ ਕਿ ਇਹ ਉਤਲੀਆਂ 2 ਰੋਟੀਆਂ ਚੁੱਕ ਲਓ ਤੇ 20 ਮੇਰੇ ਵਾਸਤੇ ਰਹਿਣ ਦਿਓ।